ਬੁਰੇ ਲੱਗਦੀ ਹੈ ਕਰਮ ਵਾਲੀ ਜੀ ਜੀ ਲਓ ਜੀ ਆਪਾਂ ਮਾਤਾ ਚਿੰਤਾਪੁਰਨੀ ਤੋਂ ਜਾ ਰਹੇ ਹਾਂ ਬਾਬਾ ਬੜਭਾਗ ਸਿੰਘ ਜੀ ਦੇ ਰਸਤੇ ਦੇ ਵਿੱਚ ਆਪਾਂ ਨੇ ਲੰਗਰ ਛਕ ਲਏ ਅਤੇ ਹੁਣ ਜੀਤੋ ਹੀ ਆਪਣੇ ਨਾਲ ਦੇ ਮਾਂਗਰ ਰਹਿ ਗਏ ਉਹਨਾਂ ਦਾ ਹੁਣ ਲੱਗ ਰਿਹਾ ਚਲਾਣ ਜੀਤੋ ਹੋਰਾਂ ਨੇ ਉੱਥੇ ਰੋਕ ਲਿਆ ਪੁਲਿਸ ਵਾਲਿਆਂ ਨੇ ਕਿਉਂ ਉਹਦੇ ਮਗਰੋਂ ਡੰਡੇ ਜਿਹੇ ਬੰਨੇ ਹੋਏ ਸੀ ਬੈਗ ਲਟਕਾਉਣ ਨੂੰ ਕਿੰਨੇ ਦਾ ਹੋ ਗਿਆ ਚਲਾਣਾ ਚੱਲ ਕੋਈ ਨੀ ਚਲਾਣ ਵੀ ਨੰਬਰ ਪਲੇਟ ਦਾ ਹੋਇਆ ਕਹਿੰਦੇ ਇੰਡੀਆ ਨੇ ਨੰਬਰ ਪਲੇਟ ਨੀ ਪਹਿਲਾਂ ਖਿਲਾਰਖਿਆ ਦੀ ਮੰਗ ਤੇ ਦਊਗਾ ਜੀ ਤਾਂ ਜੀ ਆਪਾਂ ਪਹੁੰਚ ਗਏ ਬਾਬਾ ਬੜਭਾਗ ਸਿੰਘ ਜੀ ਤੇ ਦਿਖਾਉਂਦੇ ਆ ਤੁਹਾਨੂੰ ਅੱਗੇ ਲੈ ਬਈ ਕਮਰਾ ਆਪਾਂ ਨੂੰ ਮਿਲ ਗਿਆ ਹੁਣ ਜੀਤਾ ਉੱਥੇ ਚਾਰਜ ਵਾਲਾ ਜੰਗਾੜ ਕਰੂਗਾ ਕਿਉਂ ਜੀ ਹੁਣ ਪ੍ਰਧਾਨ ਸਾਹਿਬ ਕਰਨਗੇ ਉਰੇ ਚਾਰਜ ਦਾ ਸਿਸਟਮ ਊਂ ਮਿਸਤਰੀ ਬੰਦੇ ਦਾ ਫਾਇਦਾ ਹਨਾ ਆ ਦੇਖੋ ਉਰੇ ਚਾਰਜ ਲਾਉਣ ਨੂੰ ਕੋਈ ਸਿਸਟਮ ਨੀ ਉਰੋਂ ਹਾਂ ਉਰੋਂ ਦਿਖਾਓ ਉਰੇ ਲਾਉਂਦੇ ਜਿੰਕ ਸਿਸਟਮ ਇਹ ਤਾਂ ਸਾਡੇ ਨਾਲ ਇੰਜੀਨੀਅਰ ਬਹੁਤ ਨੇ ਇੱਧਰ ਜਹਾਜ਼ਾਂ ਦੇ ਕਾਰੀਗਰ ਆ ਗਏ ਓਕੇ ਪੇਜ ਕਸ ਦੋ ਇੱਧਰ ਹੀ ਨਹਾਉਣਗੇ ਨਾ ਬਈ ਕੱਲ੍ਹ ਦੇ ਨਹਾਤੇ ਨਹੀਂ ਉਰ ਮੈਂ ਇੰਜੀਨੀਅਰ ਬਹੁਤ ਨੇ ਆਦੇ ਇੱਧਰ ਜਹਾਜ਼ਾਂ ਦੇ ਮਿਸਤਰੀ ਆ ਗਏ ਚਲਾ ਕੇ ਦੇਖੋ ਹੋਰ ਤੇ ਇੱਕ ਜੀਤਾ ਸਮਾਨ ਲੈ ਕੇ ਆਇਆ ਮਾਸੀ ਜੀ ਵਾਸਤੇ ਮੰਨ ਕੇ ਚੱਲ ਵੀ ਦੋ ਤਿੰਨ ਹਜ਼ਾਰ ਰੁਪਏ ਜਿੱਤੇ ਲਾਇਆ ਆ ਦੋ ਤਿੰਨ ਹਜ਼ਾਰ ਰੁਪਏ ਤੂੰ ਲਾਇਆ ਪਾਇਲਟ ਹੋ ਜਹਾਜ਼ਾਂ ਦਾ ਕਰੈਸ਼ ਕਰਤਾ ਚੱਲ ਤੂੰ ਕਰ ਲੋਡ ਕਰ ਲਾਈਟ ਚਾਰਜ ਲਾ ਲਾਂਗੇ ਫੋਨ ਹੋਰ ਨਾ ਹੋ ਪੈਦਾ ਤੁਸੀਂ ਸਾਬਣ ਦੋ ਚੱਲਿਆ ਨੀ ਜਹਾਜ ਇਹ ਤੇਰੀ ਉਮਰ ਹੈ ਉਹ ਕੈਮਰੇ ਤੇ ਲੈ ਤੂੰ ਹੁਣ ਉਹ ਲਾਈਟ ਸੈੱਟ ਕਰਦੇ ਫਿਰ ਦੇਖਦੇ ਆ ਉਹਨੂੰ ਪਲਾਸ ਦੋ ਬੜੀ ਮੁਸ਼ਕਲ ਤੋਂ ਬਾਅਦ ਹੈ ਇੰਨੀ ਮਿਹਨਤ ਕਰਨ ਤੋਂ ਬਾਅਦ ਆ ਜੰਗਾੜ ਲਾਇਆ ਹੈਨਾ ਫਾਇਦਾ ਤਾਂ ਹੁੰਦਾ ਮਿਸਤਰੀ ਦਾ ਹੁਣ ਆਪਾਂ ਕਿਹੜਾ ਕਰਦਾ ਉਰੇ ਲਾਉਂਦਾ ਚਾਰਜਾਂ ਨੂੰ ਸਿਸਟਮ ਅੱਧੀ ਰਾਤ ਨੂੰ ਸੇਬ ਖਾਣੇ ਨੇ ਤੈਨੂੰ ਪਤਾ ਪੈਸੇ ਲਾ ਕੇ ਰਾਜੀ ਨੀ ਸੇਬ ਦੁਬਾਰਾ ਨੇ ਖਾ ਇਹਨੂੰ ਪੁੱਛ ਲੈ ਕੀ ਪੁੱਛ ਲੈ ਬਈ ਠੀਕ ਹੈ ਯਾਰ ਠੀਕ ਨੀ ਯਾਰ ਬੰਦਾ ਰੁਪਿਆ 4000 ਲੱਗਾ ਸਾਡਾ ਦੋ ਜਣੇ ਦਾ
चल कोई ना यार जी तैं दिल दा नहीं माड़ा ना हुण दिल दा नहीं माड़ा ए बंदा लंगर खा के मुकरना चंगी गल थोड़ी मेरी की गल आउंदी है कमरे चल दे चलो कमरे चल कमरे चल खाना नहीं मैं मतलब जिन्ना कैपेसिटी है ले लगा चलो नहा चल दे हम उ की नाम है तौली धर थले है ना चलो भलाई चीरे उ कट लागे आज फिर तड़की लंघ गए सारे है ना हाँ भाई रात किने मोटर चलती उरे थोड़ी रह गई हाँ भीड़ अगे है ना और भी नहाते ने ना ये तो ऊना आने तौली घर तक गया है मोटर भी धोन लग रहे आपदे आपदे धोन लग रहे हूँ तो लिबड़ देंगे बाकी मैन पता ना कितों नहाना पैदा ना कि प्रहना पैदा नहाना तो पेगा हाँ वह तीन जने गए अपने नाल है ना बस कली नीकर पाकि जाना लौड़ा होर कुछ लेके जाना लौड़ नहीं मतलब वीडियो भी नहीं बना देने उत्थे फिर है फोन किए लैके आवे ओद तो आई जाते ने सिक्योरिटी गार्ड लैके नहीं जाने वो खड़िया मुछा जी वाला कल आप नीकरे लैके जानी है ना कोई तौली है बस उरे की बदल लेने कहते उरे नीकर नुकर कपड़े उपड़े धोते ने है ना लो जी उरे कपड़े तो नीकर धोते ने कद्दू बना लग रहा घर बनाता देखा छत भी पा दे होना उरे घर भी बनाते ने है ना आना लग रहे बाकी जी तो घर बना देना बना दा हाँ बना दे आ की बनाया हुआ किसी ने घर बनाया ना इतना दरख्त ला रखा बिच रूम लाता पेड़ा अच्छा हाँ भाई सही गल है जी भी बना कर ले मैं भी बना दा फड़ी निकर फड़ी मस तो दो इधर बनाने जीत भी लग रहा है घर पाने देखो देख सकते हो भी जीत ने तो खासा बड़ा बगल मारता ठीक है एक कमरा हम बना दिए तो बहुत है ये देख आ कमरा बनाता इधर बनाता इधर बनाता दो आ मुरे बरांडा हो गया ते आ रसोई हो गई आ रूनी पौड़ी कर दिया ठीक है हां तो ठीक है मुई तेरी जी लाई देखी फिर नक्शे साहब ना बनावे ना मैं जब पिछली आप बनाया बना के गया थी पिछली बारी हाँ बस कल पूजा रूम नहीं बनाया थी उसे
ਅਕਸਰ ਜੀ ਬਣਾ ਕੇ ਲਓ ਜੀ। ਹੁਣ ਚੱਲਦੇ ਆਪਾਂ ਮੱਥਾ ਟੇਕਣਾ। ਆਹ ਲੈਣ ਵਿੱਚ ਦੀ ਜਾਣਾ ਪਊ ਕਹਿੰਦੇ ਮੱਥਾ ਟੇਕਣਾ। ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਹਾਂਜੀ ਦੱਸੋ। ਪਹਿਲਾਂ ਤਾਂ ਜੀ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅਸੀਂ ਆਏ ਜੀ ਬਾਬਾ ਵਡਭਾਗ ਸਿੰਘ ਦੇ ਗੁਰੂ ਘਰ ਦੇ ਵਿੱਚ, ਅਤੇ ਜਿੰਨਾ ਕੁ ਸਾਨੂੰ ਇਤਿਹਾਸ ਪਤਾ ਲੱਗਿਆ ਅਤੇ ਉਨੀ ਕੁ ਜਾਣਕਾਰੀ ਤੁਹਾਡਾ ਸਾਂਝੀ ਕਰਾਂਗੇ। ਜੇ ਕੋਈ ਗਲਤੀ ਹੋਈ ਤਾਂ ਸਮਾਂ ਕਰਨਾ। ਅਤੇ ਬਾਬਾ ਵਡਭਾਗ ਸਿੰਘ ਜੀ ਜਦੋਂ ਆਏ ਨੇ ਜੀ, ਉਹ ਇੱਕ ਰਾਕਸ਼ ਰਹਿੰਦਾ ਸੀ ਬਾਬਾ ਨਾਰ ਸਿੰਘ। ਹੁਣ ਬਾਬਾ ਨਾਰ ਸਿੰਘ ਵੱਜਣ ਲੱਗ ਗਏ ਨਾ, ਪਹਿਲਾਂ ਰਾਕਸ਼ ਸੀ ਉਹ, ਅਤੇ ਉਹ ਮਤਲਬ ਜਿਹੜੇ ਉਹਦੇ ਪਹਾੜੀ ਲੋਕ ਦੇ ਉਹਨਾਂ ਨੂੰ ਤੰਗ ਕਰਦਾ ਸੀ ਉਹ, ਅਤੇ ਗਰੀਬਾਂ ਦੇ ਮੁਸਲਮਾਨ ਨੂੰ ਮਤਲਬ ਮਾਰਦਾ ਸੀ। ਜਦੋਂ ਬਾਬਾ ਵਡਭਾਗ ਸਿੰਘ ਜੀ ਨੂੰ ਪਤਾ ਲੱਗਿਆ ਤਾਂ ਉਹ ਇਸ ਸਥਾਨ 'ਤੇ ਆਏ ਅਤੇ ਉਹ ਜਿੰਨ ਨੂੰ ਕਾਬੂ ਕਰਿਆ ਉਹਨਾਂ ਨੇ। ਉਹ ਕਹਿੰਦਾ ਵੀ ਤੂੰ ਪਹਾੜੀ ਲੋਕਾਂ ਨੂੰ ਤੰਗ ਕਰ ਰਿਹਾ ਵੀ ਚੱਲ। ਉਹਨਾਂ ਨੇ ਨਾਥ ਸਿੰਘ ਜੀ ਨੇ, ਬਾਬੇ ਨੇ ਮਾਫ਼ੀ ਮੰਗੀ ਬਾਬੇ ਵਡਭਾਗ ਸਿੰਘ ਤੋਂ, ਅਤੇ ਬਾਬਾ ਵਡਭਾਗ ਸਿੰਘ ਕਹਿੰਦਾ ਚੱਲ ਜੇ ਤੈਂ ਕੁਛ ਕਰਨੀ ਹੈ ਤਾਂ ਲੋਕਾਂ ਨੂੰ ਐਂ ਨਾ ਤੰਗ ਕਰ, ਜਿਹੜੇ ਉਹਦੇ ਮਤਲਬ ਜਿਹਨਾਂ 'ਚ ਪ੍ਰੇਤ ਕੋਈ ਆਤਮਾ ਆਉਂਦੀ ਹੈ ਤੂੰ ਉਹਨਾਂ ਨੂੰ ਬਚ ਕਰ। ਤੋ ਜਦੋਂ ਬਾਬਾ ਨਾਥ ਸਿੰਘ ਉਹਨਾਂ ਦੇ ਅੰਦਰ ਹੋ ਗਿਆ ਬਾਬਾ ਵਡਭਾਗ ਸਿੰਘ ਦੇ, ਤਾਂ ਉਹਨਾਂ ਦੀ ਸੇਵਾ 'ਚ ਲੱਗ ਗਿਆ ਤਾਂ ਉਹਨਾਂ ਦਾ ਮਤਲਬ ਮੰਨਣ ਲੱਗ ਗਿਆ, ਭਗਤ ਬਣ ਗਿਆ। ਭਗਤ ਬਣ ਗਿਆ ਉਹਨਾਂ ਦਾ। ਅਤੇ ਉਹ ਜਿਹੜੇ ਵੀ ਉਹਦੇ ਬੋੜੀ ਸਾਹਿਬ ਥੱਲੇ ਮਤਲਬ ਨਹਾਉਂਦੇ ਨੇ, ਪ੍ਰਵੇਸ਼ ਕਰਦੇ ਨੇ, ਉਹਨਾਂ ਦੀ ਆਤਮਾ ਉਰੇ ਰਹਿ ਜਾਂਦੀ ਹੈ ਅਤੇ ਮਤਲਬ ਮਨ ਨੂੰ ਸ਼ਾਂਤੀ ਮਿਲਦੀ ਹੈ। ਜੋ ਕੱਪੜਾ ਲੀੜਾ ਪਾ ਕੇ ਮਤਲਬ ਲੇਡੀਜ਼ ਕੋਈ ਹੋਰ ਮਰਦ ਵਗੈਰਾ ਨਹਾਉਂਦੇ ਨੇ, ਉਹ ਕੱਪੜਾ ਮਤਲਬ ਉਹਦੇ ਛੱਡ ਕੇ ਜਾਣਾ ਪੈਂਦਾ ਜੀ। ਅਤੇ ਨਾ ਉਹ ਛੱਡ ਕੇ ਨਹੀਂ ਜਾਣਾ ਪੈਂਦਾ, ਉੱਥੇ ਲਿਖਿਆ ਹੋਇਆ ਵੀ ਘਰੇ ਲੈ ਜਾਓ। ਪਹਿਲਾਂ ਛੱਡ ਕੇ ਜਾਂਦੇ ਸੀ, ਚਲੋ ਹੁਣ ਮਾੜਾ ਜਿਹਾ ਉਹਨੇ ਕਹਿ ਦਿੱਤਾ ਵੀ ਨਾਲ ਲੈ ਕੇ ਜਾਓ ਕੱਪੜਾ। ਲੋਕ ਬਹੁਤ ਆਉਂਦੇ ਨੇ, ਸੰਗਤ ਬਹੁਤ ਆਉਂਦੀ ਹੈ, ਕੱਪੜੇ ਦੇ ਢੇਰ ਲੱਗ ਜਾਂਦੇ ਨੇ। ਉਹ ਕਹਿੰਦੇ ਵੀ ਇੰਨੇ ਅਸੀਂ ਸਾਹਮਣੇ ਜਾਗਦੇ, ਟਰਾਲੀਆਂ ਨੇ ਟਰਾਲੀਆਂ ਭਰ ਭਰ ਜਾਂਦੀਆਂ ਨੇ। ਉਹ ਸੰਗਤ ਆਉਂਦੀ ਹੈ ਕਿਤੇ ਚੰਡੀਗੜ੍ਹ ਤੋਂ, ਪਟਿਆਲੇ ਤੋਂ, ਮਹਾਰਾਸ਼ਟਰ ਤੋਂ, ਜਿੱਥੇ ਵੀ ਲੋਕਾਂ ਨੂੰ ਪਤਾ ਲੱਗਦਾ ਉਹਦੇ ਆਉਂਦੇ ਨੇ। ਅਤੇ ਜਿੰਨਾ ਕੁ ਇਤਿਹਾਸ ਸਾਨੂੰ ਪਤਾ ਸੀ ਉਨਾ ਕੁ ਤੁਹਾਨੂੰ ਦੱਸਤਾ ਭਾਈ। ਜੇ ਕੋਈ ਸਿਮਾਂ ਹੋ ਗਈ ਹੋਵੇ, ਗਲਤੀ ਹੋ ਗਈ ਹੋਵੇ ਤਾਂ ਮਾਫ਼ ਕਰ। ਹਾਂ ਜਿੰਨਾ ਕੁ ਸੁਣਿਆ ਵਾਹਿਗੁਰੂ ਜੀ ਕੀ ਫਤਿਹ। ਹਾਂ ਜਿੰਨਾ ਕੁ ਸੁਣਿਆ ਕਿ ਉਹਨਾਂ ਕੁ ਦੱਸਤਾ, ਉੱਥੇ ਲਿਖਿਆ ਹੋਇਆ ਨਹੀਂ ਸੀ ਨਾ। ਹਾਂ ਲਿਖਿਆ ਹੋਇਆ ਨਹੀਂ ਸੀ, ਜਿਵੇਂ ਸੁਣਦੇ ਸੀ ਸੰਗਤਾਂ ਤੋਂ। ਹਾਂ ਅਤੇ ਹੈਗਾ ਸੀ ਜ਼ਰੂਰ ਉੱਥੇ। ਠੀਕ ਹੈ ਜੀ, ਚਲੋ ਜੀ ਹੁਣ ਮੱਥਾ ਟੇਕ ਕੇ ਆਉਂਦੇ ਹਾਂ ਗੁਰਦੁਆਰਾ ਮੰਜੀ ਸਾਹਿਬ। ਆ ਗਿਆ ਜੀ ਬਾਬਾ ਵਡਭਾਗ ਸਿੰਘ ਜੀ ਦਾ ਤਪ ਸਥਾਨ, ਜਿੱਥੇ ਉਹਨਾਂ ਨੇ ਤਪ ਕੀਤਾ ਸੀ। ਹੁਣ ਆਪਾਂ ਉੱਪਰ ਚੱਲਦੇ ਹਾਂ। ਉੱਪਰ ਕਹਿੰਦੇ ਖੂਹ ਹੈ, ਉੱਥੇ ਕਰਮ ਵਾਲੇ ਦੀ ਚੀਚੀ ਲੱਗਦੀ ਹੈ, ਦੇਖਦੇ ਹਾਂ ਜਾ ਕੇ। ਹੈਲੋ ਜੀ, ਲਾ ਲਓ ਪੱਖਾ। ਆਹ ਸ਼ਿਵ ਮਹਾਰਾਜ ਦੀ ਤਸਵੀਰ ਆ ਗਈ, ਇੱਧਰ ਗੁਰੂ ਨਾਨਕ ਦੇਵ ਜੀ, ਮਹਾਰਾਜ ਕ੍ਰਿਸ਼ਨ, ਕਬੀਰ ਜੀ, ਦੇਖੋ ਜੀ। ਆਹ ਬਾਬਾ ਵਡਭਾਗ ਸਿੰਘ ਜੀ, ਬਾਬਾ ਨਾਰ ਸਿੰਘ ਜੀ, ਬੀਬੀ ਭਾਨੀ ਜੀ, ਦੇਖੋ ਜੀ। ਆਹ ਸਿੱਖ ਕੌਮ ਦੇ ਜਰਨੈਲ ਨੇ ਜਿਹੜੇ, ਉਰੇ ਲੱਗਦੀ ਹੈ ਕਰਮ ਵਾਲੀ ਜੀ ਜੀ ਲੱਗ ਗਈ ਤੁਹਾਡੀ? ਕਰਮ ਤੇਜ ਨੇ ਫਿਰ ਤੇਰੇ, ਤੇਜ ਨੇ ਫਿਰ ਕਰਮ ਤੇਰੇ, ਤੇਰੀ ਦੇਖ ਲੱਗਦੀ ਨਹੀਂ ਜੀ, ਤਾਂ ਮੈਂ ਲੱਗ ਦੇਖਾਂ ਆਪਣੀ ਬੱਬੂ ਸਿੰਘ ਲਾਗੂ ਵੀ ਕਹਿੰਦਾ ਚੀਜ਼ ਮੈਂ ਦੇਖਣ ਲੱਗ ਰਹੀ ਚੀਜ਼ ਤਾਂ ਤੇਰੇ ਤਾਂ ਮੁਸ਼ਕਿਲ ਹੈ ਬਈ ਚੀਜ਼ ਤੁਸੀਂ ਦੇਖਦੇ ਨਹੀਂ ਲੱਗਦੀ ਦੇਖ ਰਿਹਾ ਲੱਗਦੀ ਨਹੀਂ ਜੀ ਸਾਡੀ ਤਾਂ ਲੱਗੀ ਆ ਤੇਰੇ ਵਾਲੀ ਵੀ ਉਹ ਫਰਕ ਆ ਬਈ ਨਹੀਂ ਲੱਗੀ ਕਰਮ ਵਾਲੇ ਦੀ ਲੱਗਦੀ ਹੈ ਕਰਮ ਵਾਲਾ ਹੈ ਨਹੀਂ ਪਰ ਤੂੰ ਤਾਂ ਸੜਿਆ ਹੋਇਆ ਜੀਤ ਫਿਰ ਕਰਮ ਵਾਲਾ ਇਹਦਾ ਮਤਲਬ ਆਪਣੇ ਚੋਂ ਜੀਤ ਦੀ ਲੱਗ ਗਈ ਨਾ ਚੀਚੀ ਤੁਹਾਡੀ ਲੱਗੀ ਬਾਈ ਕਿਸੇ ਦੀ ਤੁਹਾਡੀ ਕਾਹ ਬਾਈ ਦੀ ਲੱਗ ਗਈ ਚੀਚੀ ਤੁਸੀਂ ਫਿਰ ਤੁਸੀਂ ਦੋਵੇਂ ਕਰਮ ਵਾਲੇ ਹੋ
लो जी मत्था टेक के आने बाबा जी से। इतने कहते जी भूत बनिया जा बाबा जी वालों आ जगह ते। चलो जी जय हो बाबा।